ਕੀ ਨਾਮ ਹੈ ਸਰ? ਕਰਮਜੀਤ ਸਿੰਘ ਜੀ। ਕਰਮਜੀਤ ਜੀ, ਕਿੱਦਾਂ ਦੇਖ ਰਹੇ ਹੋ ਸਰਕਾਰ ਦੇ ਫੈਸਲੇ ਨੂੰ? ਸਰਕਾਰ ਦੇ ਫੈਸਲੇ ਬਹੁਤ ਵਧੀਆ ਜੀ। ਪਹਿਲੀਆਂ ਸਰਕਾਰਾਂ ਨਾਲੋਂ ਇਹਨਾਂ ਨੇ ਵਧੀਆ ਕੰਮ ਕਰਨਗੇ। ਇਹਨਾਂ ਦਾ 40 ਸਾਲ ਸਾਨੂੰ ਪਿੱਛੇ ਹੀ ਪਾ ਤਾ ਅਤੇ ਬਾਕੀ ਅਸੀਂ ਇੱਕ ਇਹਨਾਂ ਨੂੰ ਬੇਨਤੀ ਕਰਦੇ ਹਾਂ ਸਰਕਾਰ ਨੂੰ, ਜਿੱਦਾਂ ਇਹਨਾਂ ਨੇ ਟੈਕਸ ਦੀ ਟੈਕਸਾਂ ਦੀ ਉਹ ਕਰੀ ਹੈ ਇਹਨਾਂ ਨੇ ਜੀ, ਵੀ ਟੈਕਸ ਮਾਫ਼ ਹੋ ਕੇ ਆਪਣਾ ਭਰ ਲੈਣ ਬਿਨਾਂ ਪਲਾਂਟੀ ਤੋਂ। ਬਹੁਤ ਵਧੀਆ ਗੱਲ ਕਰੀ ਹੈ ਜੀ, ਸਾਰੇ ਟਰਾਂਸਪੋਰਟਰ ਆਪਣੇ ਟੈਕਸ ਭਰ ਲੈਣਗੇ ਜੀ ਬਿਨਾਂ ਪਲਾਂਟੀ। ਆਪਣੇ ਪਲਾਂਟੀ ਉਹ ਬਹੁਤ ਹੈ ਜੀ ਪੰਜਾਬ ਦੀ। ਅਤੇ ਉਹ ਤੋਂ ਬਾਅਦ 'ਚ ਜੀ ਇੱਕ ਡੀਜ਼ਲ ਬਾਰੇ ਜੀ, ਡੀਜ਼ਲ ਹੁਣ ਸੈਂਟਰ ਸਰਕਾਰ ਡੀਜ਼ਲ ਵਧਾ ਰਹੀ ਹੈ ਜੀ। ਪੰਜਾਬ ਸਰਕਾਰ ਨੂੰ ਬੇਨਤੀ ਹੈ ਜੀ ਮਾਨ ਜੀ ਨੂੰ ਵੀ ਇਹ ਆਪਣਾ ਕੁਛ ਨਾ ਕੁਛ ਆਪਣੇ ਸੂਬਾ ਸਰਕਾਰ ਵੱਲੋਂ ਆਪਣੇ ਡੀਜ਼ਲ ਦੀ ਵੈਟ ਘਟਾ ਕੇ ਉਹ ਘਟਾਉਣ ਜੀ 5-10% ਕੁਛ ਨਾ ਕੁਛ ਕਰਨ ਜੀ, ਤਾਂ ਡੀਜ਼ਲ ਦੀ ਸਾਨੂੰ ਰਾਹਤ ਮਿਲ ਜੂਗੀ। ਅਤੇ ਉਹ ਤੋਂ ਬਾਅਦ ਜੀ ਇੱਕ ਆਪਣੀ ਇੱਕ ਹੋਰ ਬੇਨਤੀ ਹੈ ਜੀ ਸੂਬਾ ਸਰਕਾਰ ਨੂੰ ਵੀ ਜਿਹੜੀ ਆ ਪਾਸਿੰਗ ਫੀਸ ਆ ਜੀ, ਇਹ 13,700 ਰੁਪਈਆ ਫੀਸ ਘਟਾਉਣ ਲੱਗ ਗਈ ਜੀ, ਜਿਹੜੀ 1,020 ਰੁਪਈਏ ਦੀ। ਉਹ ਸਾਨੂੰ ਬੜੀ ਪ੍ਰੋਬਲਮ ਹੋ ਗਈ ਜੀ, ਗੱਡੀਆਂ ਪਾਸ ਹੀ ਨਹੀਂ ਹੋਣੀਆਂ, ਗੱਡੀਆਂ ਗੰਡਮ ਹੋ ਜਾਣੀਆਂ ਜੀ। ਹੁਣ 40-30 ਲੱਖ ਦੀ 84 ਨਾ ਅਸੀਂ ਪਾ ਸਕਦੇ ਜੀ, ਬੇਰੁਜ਼ਗਾਰੀ ਵੱਧ ਜਾਣੀ ਜੀ ਇਹ ਕੰਮ ਨਾਲ। ਇਹ ਬਹੁਤ ਬੜੀ ਬੇਨਤੀ ਹੈ ਜੀ ਇਹਨਾਂ ਨੂੰ, ਇਹ ਜ਼ਰੂਰੀ ਕੰਮ ਕਰਨਾ ਚਾਹੀਦਾ ਜੀ, ਇਹਨੂੰ ਇਹ ਸਟੈਪ ਚੱਕਣਾ ਚਾਹੀਦਾ। ਬਲਵਿੰਦਰ ਸਿੰਘ ਜੀ, ਬਲਵਿੰਦਰ ਜੀ ਕਿੱਦਾਂ ਦੇਖ ਰਹੇ ਸਰਕਾਰ ਦੇ ਫੈਸਲੇ ਤੁਸੀਂ? ਇਹ ਤਾਂ ਬਹੁਤ ਵਧੀਆ ਫੈਸਲਾ ਜੀ ਪੰਜਾਬ ਸਰਕਾਰ ਦਾ, ਇਹਦੇ ਨਾਲ ਜਿਹੜੇ ਕਰੋਨਾ ਦੇ ਕਾਲ 'ਚ ਟੁੱਟੇ ਹੋਏ ਟਰਾਂਸਪੋਰਟਰ 'ਤੇ ਜੀ ਅਪਸੈਟ ਹੋਏ, ਉਹਨਾਂ ਨੂੰ ਬਹੁਤ ਬੜੀ ਰਾਹਤ ਮਿਲਣੀ ਹੈ ਜੀ। ਕਿੰਨੇ ਕੁ ਪਰਸੈਂਟ ਤੁਹਾਨੂੰ ਲੱਗਦਾ ਵੀ ਟਰਾਂਸਪੋਰਟਰ ਹੋਣਗੇ ਜਿਹਨਾਂ ਦੇ ਟੈਕਸ ਟੁੱਟੇ ਹੋਣਗੇ? ਇਹ ਤਕਰੀਬਨ 60-70% ਤਾਂ ਹੋਣੀ ਹੈ। ਅਤੇ ਇੱਕ ਪੰਜਾਬ ਸਰਕਾਰ ਤੋਂ ਜਿਹੜੀ ਪਾਸਿੰਗ ਆ, ਸੈਂਟਰ ਨੇ ਗੱਡੀਆਂ ਕੰਡਮ ਦੀ ਕਾਲ ਕੀਤੀ ਆ ਵੀ ਪੰਜਾਬ ਸਰਕਾਰ ਆਪਣੇ ਆਧਾਰ 'ਤੇ ਫੈਸਲਾ ਕਰੇ ਵੀ ਪੰਜਾਬ ਸਰਕਾਰ ਇੰਨਾ ਹੈ ਨਹੀਂ ਜਿਹੜੀਆਂ ਨਵੀਆਂ ਗੱਡੀਆਂ ਪਾ ਲੈਣਗੇ ਟਰਾਂਸਪੋਰਟਰ, ਵੀ ਇਹਦੇ ਆਧਾਰ 'ਤੇ ਉਹ ਗੱਡੀਆਂ ਦੀ ਪਾਸਿੰਗ ਫੀਸ ਵੀ ਜਾਇਜ਼ ਰੱਖੀ ਜਾਏ। ਹੁਣ ਸੁਣਨ 'ਚ ਆਇਆ ਨਾ ਵੀ ਫੀਸ ਬਹੁਤ ਵਧਾ ਰਹੇ ਪਾਸਿੰਗ ਫੀਸ, ਵੀ ਉਹ ਜਿਵੇਂ ਆਮ ਚੱਲਦੀ ਆ ਉਹਦੇ ਹਿਸਾਬ ਨਾਲ ਗੱਡੀਆਂ ਪਾਸ ਹੋਣੀਆਂ ਚਾਹੀਦੀਆਂ। ਅੱਛਾ, ਇੱਕ ਪਾਸੇ ਤਾਂ ਪੰਜਾਬ ਸਰਕਾਰ ਵੱਲੋਂ ਟੈਕਸ ਦੇ ਵਿੱਚ ਰਾਹਤ ਦਿੱਤੀ ਜਾ ਰਹੀ, ਦੂਜੇ ਪਾਸੇ ਜੇਕਰ ਉੱਧਰ ਫੀਸ ਵੱਧਦੀ ਹੈ ਤਾਂ ਕੀ ਫਰਕ ਪਏਗਾ ਤੁਹਾਡੇ 'ਤੇ? ਇਹਦੇ ਨਾਲ ਜੀ ਇਹ ਗੱਡੀਆਂ ਕੰਡਮ ਹੋ ਜਾਣੀਆਂ ਟੋਟਲੀ, ਪੰਜਾਬ 'ਚ ਤਾਂ ਗੱਡੀ ਹੋ ਜਾਣੀ, ਟਰਾਂਸਪੋਰਟਰ ਵਿਹਲੇ ਹੋ ਜਾਣੇ ਜੀ, ਬੇਰੁਜ਼ਗਾਰੀ ਵੱਧ ਜਾਣੀ ਇਹਦੇ ਨਾਲ। ਕੇਂਦਰ ਸਰਕਾਰ ਨੂੰ ਕੀ ਅਪੀਲ ਕਰਦੇ? ਕੇਂਦਰ ਸਰਕਾਰ ਨੂੰ ਵੀ ਚਾਹੀਦਾ ਵੀ ਇਹ ਸਿਸਟਮ ਜਿਹੜਾ ਵਾ, ਜਿਵੇਂ ਦਿੱਲੀ ਦੇ ਦਾਇਰੇ 'ਚ ਆਉਂਦੇ ਉਹਨਾਂ ਨੂੰ ਚਾਹੇ ਕਰ ਦੇਵੇ, ਅਤੇ ਪੰਜਾਬ ਤੋਂ ਬਹੁਤ ਦੂਰ ਆ ਉੱਥੋਂ, ਵੀ ਉਰੇ ਪੋਲਿਊਸ਼ਨ ਦਾ ਐਡਾ ਕੋਈ ਮਸਲਾ ਨਹੀਂ ਹੈ, ਇਹਨੂੰ ਰਾਹਤ ਦੇਣੀ ਚਾਹੀਦੀ ਆ ਹੋਰ ਵੱਧ ਤੋਂ ਵੱਧ। ਡੀਜ਼ਲ ਵਾਲਾ ਵੀ ਡੀਜ਼ਲ 'ਚ ਪੰਜਾਬ ਸਰਕਾਰ ਨੂੰ ਜੇ ਸੈਂਟਰ ਨਹੀਂ ਕਰਦਾ ਤਾਂ ਪੰਜਾਬ ਸਰਕਾਰ ਨੂੰ ਆਪਣੇ ਆਉਂਦੇ ਹਿੱਸੇ ਬੈਟ ਵਿੱਚੋਂ ਕੁਛ ਛੋੜ ਦੇ ਕੇ ਪੰਜਾਬ ਦੇ ਵਾਸੀਆਂ ਨੂੰ ਰਾਹਤ ਦੇਣੀ ਚਾਹੀਦੀ। ਬਹੁਤ ਵਧੀਆ ਕਦਮ ਹੈ ਜੀ ਇਹ ਆਮ ਆਦਮੀ ਪਾਰਟੀ ਦਾ, ਮਾਨ ਸਾਹਿਬ ਦਾ। ਟੁੱਟੇ ਹੋਏ ਵੀ ਟੈਕਸ ਬਹੁਤ ਹੈ ਜੀ, ਕਰੋਨਾ ਕਾਲ ਤੋਂ ਟੈਕਸ ਟੁੱਟਣ ਕਰਕੇ ਬਹੁਤ ਗੱਡੀਆਂ ਆਈਆਂ ਜਿਹਨਾਂ ਦੇ ਟੈਕਸ ਭਰਾਏ ਨਹੀਂ ਹੋਏ। ਮਾਨ ਸਾਹਿਬ ਨੇ ਬਹੁਤ ਵਧੀਆ ਫੈਸਲਾ ਦਿੱਤਾ, ਗੱਡੀਆਂ ਨਾਲ ਟੈਕਸ ਭਰਾਉਣ ਨੂੰ ਤਿਆਰ ਨੇ, ਠੀਕ ਹੈ ਜੀ। ਅਸੀਂ ਤਾਂ ਬਹੁਤ ਵਧੀਆ ਕਦਮ ਕਹਿੰਦੇ ਇਹਨੂੰ, ਬਹੁਤ ਵਧੀਆ ਕਦਮ। ਹਾਂ ਜੀ, ਗੱਡੀਆਂ ਟੈਕਸ ਓਕੇ ਹੋਣਗੇ, ਕੰਮ ਕਰ ਤਾਂ ਫਰਕ ਪਊਗਾ ਜੀ। ਗੱਡੀ ਵਾਲਾ ਹੁਣ ਕਿਤੇ ਜਾਂਦਾ ਨਹੀਂ ਜੀ ਵੀ ਟੈਕਸ ਟੁੱਟਿਆ ਹੋਇਆ। ਹੋਰ ਆ ਡੀਜ਼ਲ ਦੀ ਸਮੱਸਿਆ ਜੀ, ਡੀਜ਼ਲ ਦੀ ਸਮੱਸਿਆ ਜੀ, ਦੇਖੋ ਕਿੰਨਾ ਰੋਜ਼ ਡੀਜ਼ਲ ਵੱਧਦਾ ਜੀ। ਅਸੀਂ ਤਾਂ ਮਾਨ ਸਰਕਾਰ ਨੂੰ ਮੰਗ ਕਰਦੇ ਹਾਂ ਵੀ ਇਹ ਡੀਜ਼ਲ ਦਾ ਰੇਟ ਚਾਹੇ ਆਪਣੇ ਪੱਖੋਂ ਘਟਾਉਣ ਚਾਹੇ ਸੈਂਟਰ ਤੋਂ ਘਟਾਉਣ, ਇਹਨਾਂ ਨੂੰ ਡੀਜ਼ਲ ਦਾ ਰੇਟ ਘਟਾਉਣਾ ਚਾਹੀਦਾ ਜੀ, ਤਾਂ ਕਿ ਗੱਡੀਆਂ ਵਾਲੇ ਕੰਮ ਕਰ ਸਕਣ। ਬਾਕੀ ਟੈਕਸ ਤਾਂ ਦੇਣ ਨੂੰ ਤਿਆਰ ਹੈ ਜੀ ਦੁਨੀਆ। ਮਾਨ ਸਾਹਿਬ ਕਹਿੰਦੇ ਪਲੰਟੀ ਮਾਫ਼ ਕਰ ਦੇਣ, ਅੱਜੇ ਟੈਕਸ ਲੋਕਾਂ ਨੇ ਲੈਣ ਲੱਗ ਦੇਣੇ ਜੀ। ਬਾਕੀ ਜਿਹੜਾ ਪਾਸਿੰਗ ਦਾ ਰੌਲਾ ਪੈਂਦਾ ਜੀ, ਇਹਦਾ ਵੀ ਕੋਈ ਸੁਧਾਰ ਕਰੋ। ਮਾਨ ਸਰਕਾਰ ਨੂੰ ਸਾਡੀ ਅਪੀਲ ਹੈ ਵੀ ਇਹਦਾ ਵੀ ਕੋਈ ਨਾ ਕੋਈ ਸੁਧਾਰ ਕਰੋ। ਜਿਹੜਾ ਕਹਿੰਦੇ ਵੀ 12,000 ਲੱਗਣਾ, 13,000 ਲੱਗਣਾ, ਗੱਡੀਆਂ ਵਾਲੇ ਤਾਂ ਪਹਿਲਾਂ ਹੀ ਬਹੁਤ ਤੰਗ ਹੈ ਜੀ। ਸਾਡੀ ਮਾਨ ਸਰਕਾਰ ਨੂੰ ਬਹੁਤ ਅਪੀਲ ਹੈ, ਹੱਥ ਜੋੜ ਕੇ ਬੇਨਤੀ ਹੈ ਵੀ ਬਹੁਤ ਵਧੀਆ ਕਦਮ ਚੁੱਕਿਆ, ਅੱਗੇ ਨੂੰ ਵੀ ਗੱਡੀਆਂ ਵਾਲੇ ਸੋਚੋ।